ਮੋਗਾ ਵਿੱਚ ਅੱਜ ਟਰਾਈ ਦੇ ਬਹਾਨੇ ਕਾਰ ਚੋਰੀ ਕਰਕੇ ਦੌੜੇ ਦੋ ਨੌਜਵਾਨਾਂ ਨੂੰ ਮੌਕੇ 'ਤੇ ਪਕੜਨ ਵਿੱਚ ਸਫਲਤਾ ਮਿਲੀ ਹੈ। ਕਾਰ ਬਾਜ਼ਾਰ ਵਿੱਚ ਆਏ ਦੋ ਨੌਜਵਾਨਾਂ ਨੇ ਕਾਰ ਖਰੀਦਣ ਲਈ ਕਾਰ ਦੀ ਟਰਾਈ ਲੈਣ ਲਈ ਕਿਹਾ। ਕਾਰ ਬਾਜ਼ਾਰ ਦੇ ਡੀਲਰ ਨੇ ਉਕਤ ਨੌਜਵਾਨਾਂ ਨੂੰ ਕਾਰ ਦੀ ਟਰਾਈ ਲੈਣ ਲਈ ਕਾਰ ਦੇ ਦਿੱਤੀ ਅਤੇ ਆਪਣੀ ਦੁਕਾਨ 'ਤੇ ਕੰਮ ਕਰਦੇ ਹੋਏ ਵਰਕਰ ਨੂੰ ਉਹਨਾਂ ਨੌਜਵਾਨਾਂ ਦੇ ਨਾਲ ਭੇਜਿਆ। ਸ਼ਹਿਰ ਤੋਂ ਬਾਹਰ ਨਿਕਲਦੇ ਹੀ ਉਹਨਾਂ ਨੌਜਵਾਨਾਂ ਨੇ ਵਰਕਰ ਨੂੰ ਕਾਰ ਵਿੱਚੋਂ ਧੱਕਾ ਮਾਰ ਕੇ ਬਾਹਰ ਸੁੱਟਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੀ ਨੀਅਤ ਨੂੰ ਭੰਪਦਿਆਂ ਵਰਕਰ ਨੇ ਕਾਰ ਦੀ ਹੈਂਡ ਬ੍ਰੇਕ ਲਗਾ ਦਿੱਤੀ ਅਤੇ ਸ਼ੋਰ ਮਚਾ ਕੇ ਆਸ ਪਾਸ ਦੇ ਲੋਕਾਂ ਨੂੰ ਇਕੱਠਾ ਕਰ ਦਿੱਤਾ। ਇਕੱਠੇ ਹੋਏ ਲੋਕਾਂ ਨੇ ਨੌਜਵਾਨਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਗੁਰੂ ਮੋਟਰ ਤੋਂ ਮੈਂ ਰਾਮ ਸ਼ਰਮਾ ਬੋਲਦਾ ਜੀ। ਸਾਡੇ ਕਾਰ ਬਾਜ਼ਾਰ 'ਚ ਦੋ ਅਣਪਛਾਤੇ ਵਿਅਕਤੀ ਗੱਡੀ ਦੀ ਟਰਾਈ ਲੈਣ ਦੇ ਬਹਾਨੇ ਆਏ ਜੀ। ਸਾਡੇ ਮੁਲਾਜ਼ਮ ਨੂੰ ਨਾਲ ਲੈ ਕੇ ਉਹ ਟਰਾਈ ਲੈਣ ਵਾਸਤੇ ਜਦੋਂ ਜਾਣ ਲੱਗੇ ਤਾਂ ਮੈਂ ਕਿਹਾ ਇੱਕ ਆਦਮੀ ਥੱਲੇ ਉੱਤਰ ਜਾਓ, ਇੱਕ ਜਣਾ ਟਰਾਈ ਲੈ ਕੇ ਆਓ ਜੀ। ਜਦੋਂ ਉਹਨਾਂ ਨੇ ਮੈਂ ਬਾਰੀ ਖੋਲ੍ਹੀ ਤਾਂ ਦੂਜੇ ਜਿਹੜਾ ਡਰਾਈਵਰ ਸੀ ਉਹਨੇ ਕਾਰ ਭਜਾ ਦਿੱਤੀ, ਸਾਡਾ ਮੁਲਾਜ਼ਮ ਅੱਗੇ ਬੈਠਾ ਸੀ ਜੀ। ਮੈਂ ਇੰਨੀ ਦੇਰ ਨੂੰ ਰੌਲਾ ਪਾ ਦਿੱਤਾ ਜੀ, ਸਾਡੇ ਮੁਲਾਜ਼ਮ ਨੇ ਹੈਂਡ ਬ੍ਰੇਕ ਖਿੱਚਤੀ, ਅਗਲੀ ਗੱਡੀ ਬਹੁਤ ਦੂਰ ਤੱਕ ਘਿਸਰਦੀ ਚਲੀ ਗਈ। ਅੱਗੇ ਸਾਰੇ ਕਾਰ ਬਾਜ਼ਾਰ ਵਾਲੇ ਇਕੱਠੇ ਹੋ ਗਏ ਜੀ। ਉਹਨਾਂ ਨੇ ਜਿਹੜਾ ਮਗਲੀ ਸੀਟ ਵਾਲਾ ਬੰਦਾ ਸੀ ਉਹ ਉੱਤ ਕੇ ਦੂਜੇ ਪਾਸੇ ਬਾਰੀ ਖੋਲ੍ਹ ਕੇ ਭੱਜ ਗਿਆ ਜੀ, ਅਤੇ ਜਿਹੜਾ ਦੂਜਾ ਆਦਮੀ ਵਿੱਚ ਨਹੀਂ ਉਹਨੇ ਅੰਦਰੋਂ ਗੱਡੀ ਲੌਕ ਕਰ ਲਈ ਜੀ। ਇੰਨੇ ਦੇਰ ਨੂੰ ਕਾਰ ਬਾਜ਼ਾਰ ਵਾਲਿਆਂ ਨੇ ਸਾਰਿਆਂ ਨੇ ਇਕੱਠਾ ਹੋ ਲਿਆ ਜੀ। ਸਾਡੀ ਕਾਰ ਉਹ ਭਜਾ ਕੇ ਲਿਜਾ ਰਿਹਾ ਸੀ ਜੀ ਟਰਾਈ ਲੈਣ ਦੇ ਬਹਾਨੇ, ਅਤੇ ਸਾਡੇ ਮੁਲਾਜ਼ਮ ਨੂੰ ਉਹਨੇ ਮਾਰਨ ਦੀ ਕੋਸ਼ਿਸ਼ ਕੀਤੀ ਜੀ। ਉਹਦੇ ਹੱਥ 'ਤੇ ਉਹਨੇ ਨਾਲ ਉਹਦੇ ਬੈਗ, ਇੱਕ ਬੈਗ ਸੀ ਉਹਦੇ ਵਿੱਚ ਜੀ, ਜਿਹਦੇ 'ਚ ਉਹ ਹੋਸਪਿਟਲ 'ਚ ਉਹਨੂੰ ਭੇਜਿਆ ਜੀ। ਹੁਣ ਉਹਦੇ ਕੋਲ ਇੱਕ ਕਿਰਚ ਸੀ ਜਿਹੜੀ ਬੈਗ ਦੇ ਵਿੱਚੋਂ ਬਰਾਮਦ ਹੋਈ ਹੈ ਜੀ, ਕਿਰਚਾਂ ਕੁਰਚਾਂ ਦੇ ਕੋਲ ਸੀ ਮੁੰਡੇ ਦੇ ਹੱਥ 'ਤੇ, ਉਹਨੇ ਜੀ ਇੱਕ ਸੱਟ ਮਾਰੀ ਹੈ ਜੀ, ਜਿਸ ਕਰਕੇ ਉਹਨੂੰ ਹੋਸਪਿਟਲ ਲੈ ਗਏ ਜੀ। ਕੀ ਕਾਰਵਾਈ ਹੋ ਰਹੀ? ਅਸੀਂ ਹੁਣ ਪ੍ਰਸ਼ਾਸਨ ਕੋਲ ਆਏ ਜੀ, ਸਖ਼ਤ ਤੋਂ ਸਖ਼ਤ ਕਾਰਵਾਈ ਹੋ ਗਈ ਇਹਨਾਂ ਦੇ ਉੱਤੇ। ਆਧਾਰ ਕਾਰਡ ਜਿਹੜਾ ਜੀ ਉਹ ਅਸੀਂ ਉਹਨਾਂ ਨੇ ਲਿਆ ਜੀ, ਉਹਦੇ ਵਿੱਚੋਂ ਬੈਗ ਚੋਂ ਬਰਾਮਦ ਹੋਇਆ ਉਹਨਾਂ ਦੇ ਪਰਸ ਵਿੱਚੋਂ ਜੀ, ਉਹ ਹੁਣ ਪਤਾ ਲੱਗਿਆ। ਅੱਧਾ ਕੁ ਘੰਟਾ ਪਹਿਲਾਂ ਦੀ ਵਾਰਦਾਤ ਹੈ ਜੀ, ਸਾਢੇ ਛੇ ਦੀ ਗੱਲ ਹੈ ਜੀ, ਸਾਢੇ ਛੇ ਦੀ ਗੱਲ। ਇੱਕ ਨਾ ਕੋਈ ਬੰਦਾ ਸੀ ਕੋਕਰੀ ਕਰਾਉਂਦਾ ਸੀ, ਇੱਕ ਜੀ ਇੱਕ ਹੈਗਾ ਸੀਗਾ ਜੀ ਪਿੰਡ ਖੂਰ ਦਾ ਜੀ, ਉਹ ਗੱਡੀ ਲੈਣ ਵਾਸਤੇ ਗੁਰੂ ਕਾਰ ਬਾਜ਼ਾਰ 'ਤੇ ਆਏ ਸੀਗੇ ਜੀ। ਉਹ ਟਰਾਈ ਲੈਣ ਵਾਸਤੇ ਆਏ ਸੀ, ਨਾਲ ਟਰਾਈ ਲੈਣ ਵਾਲਾ ਜਿਹੜਾ ਉਹਨਾਂ ਦਾ ਬੰਦਾ ਕੰਮ ਕਰਦਾ ਸੀ ਉਹਨੂੰ ਭਾਲਿਆ ਜੀ। ਉਹਦੇ ਦੰਦੀ ਵੱਢ ਕੇ ਕਾਰ ਭਜਾਉਣ ਲੱਗੇ, ਮੌਕੇ 'ਤੇ ਮੁਲਾਜ਼ਮ ਪਹੁੰਚ ਗਏ, ਉਹਨਾਂ ਨੇ ਫੜ ਕੇ ਲੈ ਕੇ ਬੰਦੇ ਥਾਣੇ ਦੇ ਦਿੱਤੇ ਜੀ, ਅਤੇ 30,000 ਹੀ ਜੀ। ਇਹਨਾਂ ਕੋਲ ਕਿਹੜੇ ਹਥਿਆਰ ਫੜੇ ਗਏ? ਕਿਰਚ ਜੀ ਸੀ ਬਸ ਛੋਟੀ ਜੀ। ਕਿੰਨੇ ਬੰਦੇ ਸੀ ਸਰ? ਦੋ ਹੀ ਸੀ। ਪਹਿਲਾਂ ਵੀ ਇਸ ਕੇਸ 'ਚ ਕੋਈ ਪੁੱਛਗਿੱਛ ਜਾ ਰਹੀ ਜੀ, ਪੁੱਛਗਿੱਛ ਤੋਂ ਬਾਅਦ ਪਤਾ ਲੱਗੇ।